ਪਿਛਲੇ ਦਿਨਾਂ ਦੇ ਵਿੱਚ ਬਾਬਾ ਬੋੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਮੰਨਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੀ ਵੱਡੀ ਸਿਆਸਤ ਦੇ ਜਿਹੜੇ ਲੀਡਰ ਸਨ ਔਰ ਆਪਾਂ ਫੇਸਬੁੱਕ ਉੱਤੇ ਵਟਸਐਪ ਉੱਤੇ ਦੇਖ ਰਹੇ ਹਾਂ ਕਿ ਉਹਨਾਂ ਦੀ ਮੌਤ ਨੂੰ ਲੈ ਕੇ ਕਰਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਕੀਤੇ ਜਾ ਰਹੇ ਹਨ ਪ੍ਰਕਾਸ਼ ਸਿੰਘ ਬਾਦਲ ਕਿਵੇਂ ਦੀ ਸ਼ਖਸੀਅਤ ਸੀ ਆਪਾਂ ਗੱਲਬਤ ਕਰਦੇ ਹਾਂ ਸਾਡੇ ਨਾਲ ਜੁੜੇ ਹਨ ਭਾਈ ਰਣਜੀਤ ਸਿੰਘ ਜੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਪ੍ਰਧਾਨ ਭਾਈ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਉਹਨਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਦੇਖੋ ਪ੍ਰਕਾਸ਼ ਸਿੰਘ ਬਾਦਲ ਉਹ ਪੰਥ ਅਤੇ ਪੰਜਾਬ ਦਾ ਸਭ ਤੋਂ ਵੱਡਾ ਗਦਾਰ ਸੀ ਉਹ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਪੰਥ ਅਤੇ ਪੰਜਾਬ ਦੇ ਉੱਤੇ ਇੱਕ ਕੋਹੜ ਸੀ ਉਹ ਧਰਤੀ ਦੀ ਉੱਤੇ ਇੱਕ ਭਾਰ ਸੀ ਉਹ ਸਦੀ ਦਾ ਇੱਕ ਕਲੰਕ ਸੀ ਜਿਨੇ ਪੰਥ ਅਤੇ ਪੰਜਾਬ ਦਾ ਐਨਾ ਵੱਡਾ ਜਿਹੜਾ ਕਹਾਣੀ ਆ ਉਹ ਕੀਤਾ ਸਿੱਖੀ ਅਤੇ ਸਿੱਖਾਂ ਨੂੰ ਖਤਮ ਕਰ ਲਈ ਵੱਡੇ ਤੋਂ ਵੱਡੇ ਜਿਹੜੇ ਜ਼ਾਲਮਖੋਰ ਆ ਦਰਿੰਦੇ ਆ ਉਹ ਆਏ ਪਰ ਜਿੰਨਾ ਨੁਕਸਾਨ ਬਾਦਲ ਦਾ ਦੀ ਅਗਵਾਈ ਦੇ ਵਿੱਚ ਇਸ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਪੰਥ ਅਤੇ ਪੰਜਾਬ ਦਾ ਸਿੱਖੀ ਦਾ ਸਿੱਖੀ ਪਰੰਪਰਾਵਾਂ ਦਾ ਸਿੱਖੀ ਸਿਧਾਂਤਾਂ ਦਾ ਸਿੱਖੀ ਮਾਨ ਮਰਿਆਦਾ ਦਾ ਕੀਤਾ ਆ ਇਹਨਾਂ ਨੁਕਸਾਨ ਤਾਂ ਕੋਈ ਵੱਡੇ ਤੋਂ ਵੱਡਾ ਵੀ ਨਹੀਂ ਕਰ ਸਕਦਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਅਸਲ ਵਿੱਚ ਅਬਦਾਲੀ ਮਸੇ ਰੰਗੜ ਜਾਂ ਜਕਰੀਆ ਖਾਨ ਦੀ ਹੀ ਜਿਹੜੀ ਆ ਉਹ ਰੂਹ ਸੀ ਇਹ ਜਨਰਲ ਡਾਇਰ ਦੇ ਨਾਲੋਂ ਕਿਸੇ ਵੀ ਪ੍ਰਕਾਰ ਜਿਹੜਾ ਆ ਉਹ ਘੱਟ ਨਹੀਂ ਸੀ ਜੋ ਕੁਝ ਸਿੱਖਾਂ ਦੇ ਉੱਤੇ ਇੰਦਰਾ ਗਾਂਧੀ ਨੇ ਜ਼ੁਲਮ ਕਮਾਇਆ ਜਨਰਲ ਡਾਇਰ ਨੇ ਜਿਹੜਾ ਜ਼ੁਲਮ ਕਮਾਇਆ ਉਸੇ ਤਰ੍ਹਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਕਹਾਣੀ ਆ ਉਹ ਕੀਤਾ ਕਾਂਗਰਸ ਨੇ ਜਿਹੜੇ ਆ ਉਹ ਸਿੱਖ ਮਾਰੇ ਤੇ ਬਾਦਲ ਨੇ ਜਿਹੜੇ ਆ ਵੱਡੇ ਬਾਦਲ ਨੇ ਜਿਹੜੀ ਆ ਸਿੱਖੀ ਆ ਉਹ ਉਹ ਮਾਰੇ ਤੁਸੀਂ ਦੇਖੋ ਕਿ ਅੱਜ ਹੁਣ ਜਦੋਂ ਇਹ 25 ਅਪ੍ਰੈਲ 2023 ਨੂੰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ ਉਹ ਮਰਿਆ ਆ ਤੇ ਖਾਲਸਾ ਪੰਥ ਵਿੱਚ ਜਿਹੜੀ ਆ ਉਹ ਖੁਸ਼ੀ ਦੀ ਲਹਿਰ ਆ ਕਿਉਂਕਿ ਇੱਕ ਜਿਹੜਾ ਜ਼ਾਲਮਖੋਰ ਦਰਿੰਦਾ ਆ ਜਿਹੜਾ ਪੰਥ ਅਤੇ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਗद्दार ਸੀ ਅਕਸਰ ਹੀ ਕਿਹਾ ਜਾਂਦਾ ਆ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਨੇ ਵੀ ਮਰ ਜਾਣਾ ਆ ਸੋ ਪੰਥ ਅਤੇ ਪੰਜਾਬ ਦੇ ਲੋਕ ਤਾਂ ਇਹਨੂੰ ਜਿਹੜਾ ਆਪਣਾ ਮਿੱਤਰ ਸਮਝਦੇ ਰਹੇ ਪਰ ਇਹ ਅਸਲ ਵਿੱਚ ਸਿੱਖੀ ਦਾ ਜਿਹੜਾ ਆ ਉਹ ਦੁਸ਼ਮਣ ਸੀ ਤੇ ਇੰਨਾ ਵੱਡਾ ਜਿਹੜਾ ਕਹਾਣ ਆ ਉਹ ਇਨੇ ਪੰਜਾਬ ਦਾ ਸਿੱਖਾਂ ਦਾ ਜਿਹੜਾ ਆ ਉਹ ਕਰ ਦਿੱਤਾ ਗੇਦੀ ਮੌਤ ਮਗਰੋਂ ਹਰੇਕ ਸਿੱਖ ਨੂੰ ਜਿਹੜੀ ਇੱਕ ਤਸੱਲੀ ਜੀ ਜਿਹੜੀ ਮਹਿਸੂਸ ਆ ਉਹ ਹੋ ਰਹੀ ਆ ਕਿਉਂਕਿ ਇਹ ਜਿਹੜਾ ਸਦੀ ਦਾ ਕਲੰਕ ਸੀ ਜਿਹੜਾ ਕੋੜ ਆ ਉਹ ਅੱਜ ਸਿੱਖ ਕੌਮ ਦੇ ਜਿਹੜਾ ਗਲੋਂ ਆ ਉਹ ਲੱਥਾ ਆ ਜਿਹੜਾ 2011 ਦੇ ਵਿੱਚ ਫਕਰੇ ਕੌਮ ਦਾ ਜਿਹੜਾ ਵਾਰਡ ਫਾਦਲ ਨੂੰ ਮਿਲਿਆ ਤੁਸੀਂ ਕਹਿ ਰਹੇ ਹੋ ਕਲੰਕ ਸੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਵਾਰਡ ਉਹਨਾਂ ਨੂੰ ਮਿਲਿਆ ਸੀ ਫਕਰੇ ਕੌਮ ਦਾ ਦੇਖੋ ਇਹ ਕੋਈ ਫਕਰੇ ਕੌਮ ਨਹੀਂ ਸੀ ਨਾ ਇਹ ਕੋਈ ਪੰਥ ਰਤਨ ਸੀ ਇਹ ਗਦਾਰੇ ਕੌਮ ਸੀ ਏ ਲੋਟੂ ਇਹ ਕੌਮ ਸੀ ਹੂੰ ਸੋ ਜੇਕਰ ਫਖਰੇ ਕੌਮ ਦੀ ਗੱਲ ਕਰੀਏ ਜਾਂ ਪੰਥ ਰਤਨ ਦੀ ਗੱਲ ਕਰੀਏ ਹੂੰ ਹਾਂ ਤਾਂ ਫਖਰੇ ਕੌਮ ਸਾਡੇ ਲਈ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਿਹੜਾ ਜਾਮਿਆ ਉਹ ਪੀਤਾ ਸਾਡੇ ਲਈ ਸਿੱਖ ਕੌਮ ਦੇ ਲਈ ਫਖਰੇ ਕੌਮ ਤਾਂ ਭਾਈ ਸਤਵੰਤ ਸਿੰਘ ਭਾਈ ਬੀਅੰਤ ਸਿੰਘ ਭਾਈ ਕੇਹਰ ਸਿੰਘ ਜੀ ਆ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਆ ਭਾਈ ਸੁਖਦੇਵ ਸਿੰਘ ਜੀ ਸੁਖਾ ਆ ਸੋ ਬਾਦਲਾਂ ਨੇ ਤਾਂ ਪੰਥ ਅਤੇ ਪੰਜਾਬ ਦਾ ਜਿਹੜਾ ਵੱਡਾ ਕਹਾਣਿਆ ਉਹ ਕੀਤਾ ਇਹਨੇ ਆਪਣੇ ਜਥੇਦਾਰਾ ਰਾਹੀਂ ਆਪਣੇ ਆਪ ਨੂੰ ਜਿਹੜਾ ਅਵਾਰਡ ਆ ਉਹ ਸ੍ਰੀ ਆਕਾਦਤਕ ਸਾਹਿਬ ਦੀ ਦੁਰਵਰਤੋਂ ਕਰਕੇ ਮਾਨ ਮਰਿਆਦਾ ਨੂੰ ਭਾਰੀ ਜਿਹੜੀ ਠੇਸ ਸਿਧਾਂਤਾਂ ਦਾ ਕਤਲ ਕਰਕੇ ਇਹਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਅਵਾਰਡ ਆ ਉਹ ਲੈ ਲਿਆ ਸੋ ਇਹਨੂੰ ਤਾਂ ਚਾਹੀਦਾ ਸੀ ਕਿ ਜਿੰਨਾ ਇਹਨੇ ਕੌਮ ਦਾ ਨੁਕਸਾਨ ਕਰ ਦਿੱਤਾ ਇਹ ਜਾਂਦੇ ਜਾਂਦੇ ਸ੍ਰੀ ਆਕਾਦਤਕ ਸਾਹਿਬ ਤੇ ਉਹ ਜਿਹੜਾ ਇਹਨੂੰ ਅਵਾਰਡ ਮਿਲਿਆ ਸੀ ਅਖੌਤੀ ਜਥੇਦਾਰਾਂ ਵੱਲੋਂ ਉਹ ਵਾਪਸ ਕਰਕੇ ਜਾਂਦਾ ਪਰ ਇਹ ਉਹ ਵੀ ਜਿਹੜਾ ਕਲੰਕ ਹੈ ਉਹ ਆਪਣੇ ਨਾਲ ਜਿਹੜਾ ਲਵਾਗੇ ਆ ਉਹ ਚਲਾ ਗਿਆ ਬੇਅਦਬੀ ਦਾ ਕਲੰਕ ਵੀ ਇਹਦੇ ਉੱਤੇ ਲੱਗਾ ਹੋਇਆ ਆ ਉਹ ਬੇਅਦਬੀ ਦਾ ਕਲੰਕ ਗੋਲੀ ਕਾਂਡ ਕੋਟਕਪੂਰਾ ਬਰਗਾੜੀ ਦਾ ਜਿਹੜਾ ਕਲੰਕ ਹੈ ਬੁਰਧ ਜਵਾਹਰਕੇ ਵਾਲਾ ਜਿਹੜਾ ਕਲੰਕ ਹੈ ਉਹ ਬਾਦਲਾਂ ਦੇ ਉੱਤੇ ਜਿਹੜਾ ਆ ਉਹ ਲੱਗਾ ਹੋਇਆ ਬਾਦਲਦਲੀਆ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਬੇਅਦਬੀ ਕਾਂਡ ਦਾ ਇਹ ਇਲਜ਼ਾਮ ਆ ਇੱਕ ਤੇ ਤੁਸੀਂ ਕਿਵੇਂ ਦੇਖਦੇ ਹੋ ਇਹ ਇਲਜ਼ਾਮ ਆ ਕਿ ਕੀ ਆ ਦੇਖੋ ਇਲਜ਼ਾਮ ਕੋਈ ਨਹੀਂ ਆ ਹੁਣ ਤੇ ਇਹ ਸਾਬਤ ਵੀ ਹੋ ਚੁੱਕਾ ਹੋਇਆ ਆ ਜਦੋਂ ਬਰਗਾੜੀ ਮੋਰਚਾ ਲੱਗਾ ਉਸ ਤੋਂ ਬਾਅਦ ਜਾਂ ਸਿੱਖ ਕੌਮ ਨੇ ਸਮੇਂ-ਸਮੇਂ ਦੀ ਉੱਤੇ ਜਿਹੜਾ ਸੰਘਰਸ਼ ਆ ਉਹ ਕੀਤਾ ਸੋ ਇਹ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਡੀ ਜਿਹੜੀ ਆ ਉਹ ਪੰਥਕ ਸਰਕਾਰ ਸੀ ਸੋ ਅਖੌਤੀ ਪੰਥਕ ਸਰਕਾਰ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਸਾਡਾ ਜਿਹੜਾ ਗੁਰੂ ਆ ਸਾਡੇ ਜਿਹਦੇ ਇਸ਼ਟ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਉਹ ਰੋਜ਼ ਦੇ ਫਿਰਨ ਤੇ ਇਹ ਪੰਥਕ ਸਰਕਾਰ ਕਿੱਥੋਂ ਦੀ ਹੋ ਸਕਦੀ ਹੈ ਪ੍ਰਕਾਸ਼ ਸਿੰਘ ਬਾਦਲ ਬੇਦਬੀਕਾਰ ਦੇ ਵਿੱਚ ਦੋਸ਼ੀ ਨਾਮ ਦੇ ਸੀ ਪਰ ਸ਼ਰੋਣ ਕਮੇਟੀ ਵੱਲੋਂ ਅੱਜ ਵੀ ਦੁੱਖ ਪ੍ਰਗਟ ਕੀਤਾ ਜੀ ਉਹ ਬੇਦਬੀ ਕਾਂਡ ਦੇ ਵਿੱਚ ਦੋਸ਼ੀ ਸੀ ਪਰ ਸ਼ਰੋਣ ਕਮੇਟੀ ਅੱਜ ਵੀ ਦੁੱਖ ਪ੍ਰਗਟ ਕਰ ਰਹੀ ਹੈ ਦਿੱਲੀ ਕਮੇਟੀ ਵੀ ਕਰ ਰਹੀ ਹੈ ਉੱਤੇ ਬਾਦਲਾਂ ਦਾ ਜਿਹੜਾ ਆ ਉਹ ਕਬਜਾ ਆ ਇਹ ਸਾਡੀਆਂ ਮਾਨਮਤੀ ਸੰਸਥਾਵਾਂ ਸਨ ਚਾਹੀਏ ਉਹ ਸ਼ਰੋਮਣੀ ਅਕਾਲੀ ਦਲ ਹੋਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚੀਫ ਖਾਲਸਾ ਦਿਵਾਨ ਹੋਵੇ ਸਾਡੀਆਂ ਮਾਨਮਤੀ ਛਾਨਾ ਮਤੀ ਸੰਸਥਾਵਾਂ ਦਾ ਜਿਹੜਾ ਬਾਦਲਾ ਨੇ ਜਿਹੜਾ ਵਕਾਰ ਆ ਉਹ ਰੋਲਿਆ ਜਿਹੜਾ ਕਾਹਨ ਆ ਉਹ ਜਿਹਦਾ ਆ ਉਹ ਕੀਤਾ ਆ ਇੱਥੋਂ ਤੱਕ ਕਿ ਬਾਦਲਾ ਨੇ ਤਾਂ ਦਮਦਮੀ ਟਕਸਾਲ ਦਾ ਜਿਹੜਾ ਵਕਾਰ ਆ ਉਹ ਵੀ ਰੋਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਇਹਨੇ ਸਾਡੀ ਕੋਈ ਵੀ ਜਿਹੜੀ ਸੰਸਥਾ ਆ ਉਹ ਦਮਦਮੀ ਟਕਸਾਲ ਦਾ ਕਿਵੇਂ ਮਾਨ ਰੋਲਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਕਿ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਆ ਉਹਨਾਂ ਸਾਰਿਆਂ ਉੱਤੇ ਜਿਹੜਾ ਬਾਦਲ ਆ ਉਹ ਕਾਬਜ ਹੋ ਚੁੱਕਾ ਹੋਇਆ ਸੀ ਟਕਸਾਲ ਤੇ ਕਿਵੇਂ ਸਾਰੀਆਂ ਸੰਸਥਾਵਾਂ ਦੇ ਉੱਤੇ ਕੱਲ ਦੀ ਟਕਸਾਲ ਦੇ ਉੱਤੇ ਨਹੀਂ ਤਕਰੀਬਨ ਤਕਰੀਬਨ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀ ਦਰਬਾਰ ਦੀ ਗੱਲ ਕੀਤੀ ਹੈ ਅਕਾਲੀ ਦਸ ਦੀ ਜਿਹਦੀ ਗੱਲ ਆ ਉਹ ਕੀਤੀ ਆ ਦਮਦਮੀ ਟਕਸਾਲ ਦੇ ਜਿੰਨਾ ਚਿਰ ਤੱਕ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਪੁਰਸ਼ ਉਹ ਸਰੀਰਿਕ ਰੂਪ ਦੇ ਵਿੱਚ ਜਿਹੜੇ ਆ ਉਹ ਜਿਉਂਦੇ ਰਹੇ ਉਹਨਾਂ ਨੇ ਬਾਦਲਾਂ ਨੂੰ ਜਿਹੜਾ ਆ ਉਹ ਨੇੜੇ ਨਹੀਂ ਲੱਗਣ ਦਿੱਤਾ ਪਰ ਬਾਅਦ ਵਿੱਚ ਹਾਲਾਤ ਇਹਨਾਂ ਨੇ ਉਦਾਂ ਦੇ ਬਣਾ ਦਿੱਤੇ ਕਿ ਉੱਥੇ ਦਮਦਮੀ ਟਕਸਾਲ ਦੇ ਉੱਤੇ ਵੀ ਇਹਨਾਂ ਨੇ ਆਪਣੀ ਜਿਹੜੀ ਛਾਪ ਆ ਉਹ ਛੱਡਣ ਦੀ ਕੋਸ਼ਿਸ਼ ਕੀਤੀ ਵਕਾਰ ਰੋਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੋ ਅੱਜ ਬਹੁਤ ਸਾਰੇ ਲੋਕ ਬਾਬਾ ਹਰਨਾਮ ਸਿੰਘ ਨੂੰ ਇਸੇ ਕਰਕੇ ਹੀ ਜਿਹੜਾ ਉਹ ਮੰਦਾ ਜਾਂ ਹੋਰ ਲਫ਼ਜ਼ ਜਿਹੜੇ ਬੋਲਦੇ ਆ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹਦੀ ਸਪੋਰਟ ਆ ਉਹ ਕਰਦੇ ਆ ਜਿਹਦਾ ਸ਼੍ਰੋਮਣੀ ਅਕਾਲੀ ਦਲ ਆ ਹੁਣ ਇਹ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਤਾਂ ਰਿਹਾ ਨਹੀਂ ਇਹ 1996 ਦੇ ਵਿੱਚ ਜਿਹੜਾ ਆ ਉਹ ਬਾਦਲਾਂ ਨੇ ਉਹਨੂੰ ਮੋਗੇ ਵਿੱਚ ਕਾਨਫਰੰਸ ਕਰਕੇ ਜਿਹਦਾ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬੀ ਦਲ ਬਣਾ ਦਿੱਤਾ ਸੀ ਪੰਜਾਬੀ ਦਲ ਤੋਂ ਇਹ ਜਿਹੜਾ ਆ ਉਹ ਬਾਦਲ ਦਲ ਬਣਿਆ ਬਾਦਲ ਦਲ ਤੋਂ ਆ 2015 ਦੇ ਵਿੱਚ ਤੁਸੀਂ ਦੇਖਿਆ ਹੈ ਕਿ ਇਹ ਜਿਹੜਾ ਬੇਅਦਬੀ ਦਲ ਆ ਉਹ ਬਣ ਚੁੱਕਾ ਹੋਇਆ ਆ ਸੋ ਸਾਡੇ ਜਿਹੜੇ ਬਹੁਤ ਸਾਰੇ ਮਹਾਪੁਰਸ਼ਾ ਸੰਪਰਦਾਵਾਂ ਆ ਉਹ ਇਹਨੂੰ ਅਕਾਲੀ ਦਲ ਸਮਝ ਕੇ ਜਿਹੜਾ ਸਪੋਰਟ ਆ ਉਹ ਕਰਦੀਆਂ ਆ ਪਰ ਅਸਲ ਵਿੱਚ ਬਾਦਲ ਦਲ ਆ ਇਹ ਤਾਂ ਬੇਅਦਬੀ ਦਲ ਜਿਹੜਾ ਆ ਉਹ ਬਣ ਚੁੱਕਾ ਹੋਇਆ ਤਾਂ ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਏਗਾ ਪਿੱਛੇ ਜੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੀਆਂ ਖਬਰਾਂ ਆਈਆਂ ਸਨ ਕਿ ਉਹ ਉਹਨਾਂ ਦੇ ਬੱਚਿਆਂ ਦੇ ਵਿਆਹਾਂ ਦੇ ਉੱਤੇ ਸ਼ਰਾਬ ਦਾ ਜਿਹੜਾ ਦੌਰ ਆ ਉਹ ਚੱਲਦਾ ਪਿਆ ਤੇ ਸ਼ਰਾਬੀ ਦਲ ਪਿੱਛੇ ਜੇ ਇਹਨਾਂ ਨੇ ਭਈਆਂ ਦੀ ਜਿਹੜੀ ਭਰਤੀ ਆ ਉਹ ਵੀ ਇਹ ਬਾਦਲ ਦਲ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਸੀ ਇਹ ਤਾਂ ਭਈਆ ਦਲ ਜਿਹੜਾ ਆ ਭਈਆ ਦਲ ਉਹ ਬਣਦਾ ਜਾ ਰਿਹਾ ਆ ਸੋ ਇਸ ਕਰਕੇ ਮੈਂ ਸਾਰੀਆਂ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੂੰ ਮੁਖੀਆਂ ਨੂੰ ਇਹ ਅਪੀਲ ਕਰਦਾ ਆ ਕਿ ਇਹ ਉਹ ਸ਼ਰਮਣੀ ਕੱਲ ਅਕਾਲੀ ਦਲ ਨਹੀਂ ਆ ਜਿਹੜਾ ਪੰਥ ਵਸਿਆ ਮੈਂ ਉਜੜਾ ਸਿਧਾਂਤ ਦਾ ਧਾਰਨੀ ਆ ਇਹ ਬਾਦਲ ਕੇ ਤਾਂ ਇਹ ਕਹਿੰਦੇ ਸਨ ਕਿ ਸਾਡੀ ਜਿਹੜੀ ਸਿਆਸਤ ਆ ਉਹ ਚਮਕਣੀ ਚਾਹੀਦੀ ਆ ਪੰਥ ਭਾਵੇਂ ਠੱਠੇ ਖੂ ਦੇ ਵਿੱਚ ਜਿਹੜਾ ਆ ਉਹ ਉਹ ਪਵੇ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੀ YouTube ਉੱਤੇ ਸਪੀਚਾਂ ਸੁਣ ਕੇ ਦੇਖੋ ਕਿ ਉਹਨਾਂ ਨੇ ਬਾਦਲਾਂ ਬਾਰੇ ਜਿਹੜਾ ਕੀ ਕੁਝ ਜਿਹੜਾ ਆ ਉਹ ਕਿਹਾ ਹੋਇਆ ਆ ਸੋ ਇਸ ਕਰਕੇ ਜਿਹੜੀ ਵੀ ਸੰਪਰਦਾ ਜਾ ਜਿਹੜੀ ਵੀ ਸ਼ਖਸ਼ੀਅਤ ਖਾਲਸਾ ਪੰਥ ਦੀ ਉਹ ਬਾਦ ਦੇ ਨਾਲ ਰਲ ਕੇ ਚੱਲਦੀ ਏ ਇੱਥੇ ਇੱਕ ਸਵਾਲ ਉਹ ਵੀ ਉੱਤੇ ਇੱਕ ਸਵਾਲੀਆ ਜਿਹਾ ਨਿਸ਼ਾਨ ਇਹ ਉਹ ਲੱਗ ਜਾਂਦਾ ਏ ਇੱਥੇ ਇੱਕ ਸਵਾਲ ਲੋਕ ਕਹਿੰਦੇ ਆ ਮੈਂ ਨਹੀਂ ਲੋਕ ਕਹਿੰਦੇ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਲੇ ਦੀ ਯਾਦਗਾਰ ਜਿਹੜੀ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਬਣੀ ਆ ਉਹ ਬਾਦਲਾਂ ਦੀ ਦੇਣਾ ਦੇਖੋ ਇਹ ਖਾਲਸਾ ਪੰਥ ਨੇ ਲੰਬਾ ਸੰਘਰਸ਼ ਕਰਕੇ ਜਿਹੜੀ ਯਾਦਗਾਰ ਆ ਉਹ ਬਣਾਈ ਆ ਇਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬੜਾ ਵੱਡਾ ਜਿਹੜਾ ਰੋਧ ਆ ਦਲ ਖਾਲਸਾ ਦਾ ਵੀ ਬਹੁਤ ਵੱਡਾ ਰੋਧ ਆ ਇੱਥੋਂ ਤੱਕ ਕਿ ਬਾਬਾ ਬਲਜੀਤ ਸਿੰਘ ਜੀ ਦਾਦੂਆ ਜਿਹੜੇ ਆ ਜਾਂ ਉਸ ਸਮੇਂ ਖਾਲਸਾ ਐਕਸ਼ਨ ਕਮੇਟੀ ਜਿਹੜੀ ਬਣੀ ਸੀ ਸੋ ਜਾਂ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਆ ਸਾਡੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਦਾ ਜਥੇਬੰਦੀ ਵੱਲੋਂ ਵੀ ਆਵਾਜ਼ ਬੁਲੰਦ ਕੀਤੀ ਗਈ ਦੇਸ਼ਾਂ ਵਿਦੇਸ਼ਾਂ ਦੇ ਗੁਰਸਿੱਖਾਂ ਦੇ ਵੱਲੋਂ ਵੀ ਸਮੇਂ ਸਵੇਂ ਤੇ ਆਵਾਜ਼ ਬੁਲੰਦ ਕੀਤੀ ਗਈ ਜੇਕਰ ਬਾਦਲਾ ਨੇ ਜਾਂ ਸ਼ਰੋਮਣੀ ਕਮੇਟੀ ਨੇ ਮਹਾਪੁਰਸ਼ਾਂ ਦੀ ਜਾਂ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੁੰਦੀ ਉਹ ਤਾਂ ਫਿਰ ਬੜਿਆ ਲੰਬਾ ਸਮਾਂ ਪਹਿਲਾਂ ਹੀ ਬਣ ਜਾਣੀ ਸੀ 1984 ਤੋਂ ਕੁਝ ਸਮਾਂ ਬਾਅਦ ਹੀ ਜਿਹੜੀ ਆ ਉਹ ਬਣ ਜਾਣੀ ਸੀ ਪਰ ਤਾਂ ਦੇਖੋ ਕਿ 2011 12 ਦੇ ਨੇੜੇ ਜਾ ਕੇ ਜਿਹੜੀ ਯਾਦਗਾਰ ਆ ਉਹ ਬਣਦੀ ਆ ਸੋ ਬਾਦਲ ਕਿਆ ਨੇ ਤਾਂ ਲੰਬਾ ਸਮਾਂ ਇਸ ਯਾਦਗਾਰ ਨੂੰ ਜਿਹੜਾ ਲਮਕਾਈ ਰੱਖਿਆ ਬਾਦਲ ਕੇ ਤਾਂ ਚਾਹੁੰਦੇ ਨਹੀਂ ਸਨ ਕਿ ਇਹ ਜਿਹੜੀ ਯਾਦਗਾਰ ਆ ਉਹ ਬਣੇ ਕਿਉਂਕਿ ਇਹ ਇੰਦਰਾ ਗਾਂਧੀ ਦੇ ਪਿੱਠੂ ਰਹੇ ਆ ਇਹ ਇੰਦਰਾ ਗਾਂਧੀ ਨੂੰ ਬਾਦਲ ਕੇ ਆਪ ਜਿਹੜੀਆਂ ਚਿੱਠੀਆਂ ਆ ਉਹ ਲਿਖਦੇ ਰਹੇ ਆ ਕੇ ਪੀ ਐਸ ਗਿੱਲ ਦੇ ਨਾਲ ਜਿਹੜਾ ਬਾਦਲ ਆ ਉਹ ਜਿਹੜਾ ਗੁਪਤ ਮੀਟਿੰਗਾਂ ਜਿਹੜਾ ਕਰਦਾ ਰਿਹਾ ਆ ਬੁੱੱਜੜ ਬਿਆੰਤ ਸਿੰਘ ਦੇ ਨਾਲ ਜਿਹੜੀ ਆ ਉਹ ਇਹਨਾਂ ਦੀ ਜਾਰੀ ਰਹੀ ਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਈ ਬਦਵੰਤ ਸਿੰਘ ਓਪਾਲਲੇ ਹੋਣਾ ਨੇ ਇੱਥੇ ਜਲੰਧਰ ਦੇ ਵਿੱਚ ਬੁੱੱਜੜ ਬਿਆੰਤ ਸਿੰਘ ਦੇ ਬੁੱਤ ਦੇ ਗੱਲ ਦੇ ਵਿੱਚ ਸ਼ਹੀਦ ਭਾਈ ਦਲਾਵਰ ਸਿੰਘ ਦੀਆਂ ਤਖਤੀਆਂ ਜਿਹੜੀਆਂ ਉਹ ਪਾ ਦਿੱਤੀਆਂ ਸਨ ਤਾਂ ਇਸੇ ਬਾਅਦ ਨੇ ਉਹਨਾਂ ਸਿੱਖਾਂ ਦੇ ਉੱਤੇ ਦੇਸ਼ ਧਰੋਹ ਦੇ ਜਿਹੜੇ ਕੇਸ ਆ ਉਹ ਪਾਏ ਸੀ ਸੋ ਇਹ ਜਿਹੜੇ ਅਖੌਤੀ ਜਿਹੜੇ ਅਕਾਲੀ ਆ ਇਹ ਤਾਂ ਇੰਦਰਾ ਗਾਂਧੀ ਨੂੰ ਆਪਣੀ ਜਿਹੜੀ ਬੀਬੀ ਆ ਉਹ ਬਣਾਉਣ ਨੂੰ ਫਿਰਦੇ ਸੀ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸ਼ਰਧਾਂਜਲੀਆ ਆ ਅਖੋਤੀਆ ਕਾਲੀਆਂ ਦੇ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਰਹੀਆਂ ਹੁਣ ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਕਿ ਜਿਵੇਂ ਬਾਦਲ ਸਾਹਿਬ ਦੀ ਦੇਹਾਂਤ ਹੋਣ ਦੇ ਉੱਤੇ ਕੇਂਦਰ ਵੱਲੋਂ 2 ਦਿਨ ਮੌਨ ਦਾ ਰੱਖਿਆ ਗਿਆ 2 ਦਿਨ ਮੌਨ ਦੀ ਗੱਲ ਕੀਤੀ ਗਈ ਔਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਹੁਣ ਦੇ ਜਾਂ ਪਹਿਲੋਂ ਦੇ ਬਾਲਾਂ ਦੇ ਕੇਂਦਰ ਦੇ ਰਿਸ਼ਤੇ ਨੂੰ ਦੇਖੋ ਇਹ ਇੱਥੋਂ ਨਾ ਇਹ ਗੱਲ ਸਾਬਤ ਹੋ ਗਈ ਆ ਕਿ ਜਿਹੜਾ ਬਾਦਲ ਆ ਨਾ ਉਹ ਆਰਐਸਐਸ ਹਮ ਭਾਜਪਾ ਮੋਦੀ ਜਾਂ ਹਿੰਦੁਸਤਾਨ ਦਾ ਜਿਹੜਾ ਆ ਉਹ ਇਹ ਏਜੰਟ ਸੀ ਜਿਨੇ ਹਿੰਦੁਸਤਾਨ ਦੇ ਨਾਲ ਮਿਲ ਕੇ ਪੰਥ ਅਤੇ ਪੰਜਾਬ ਦਾ ਜਿਹੜਾ ਕਹਾਣਿਆ ਉਹ ਕੀਤਾ 1994 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਇਹ ਪੂਰੀ ਤਰ੍ਹਾਂ ਆਰਐਸਐਸ ਦੀ ਝੋਲੀ ਦੇ ਵਿੱਚ ਜਿਹੜਾ ਆ ਉਹ ਪੈ ਗਿਆ ਹੋਇਆ ਸੀ ਜੰਗ ਹਿੰਦ ਅਤੇ ਪੰਜਾਬ ਦੇ ਵਿੱਚ ਜਿਹੜਾ ਆ ਨਾ ਉਹ ਬਾਦਲ ਜਿਹੜਾ ਆ ਉਹ ਹਿੰਦੁਸਤਾਨ ਦਾ ਸਿਪਾਹੀ ਸੀ ਪੰਜਾਬ ਦਾ ਜਿਹੜਾ ਆ ਇਹ ਹਮੇਸ਼ਾ ਜਿਹੜਾ ਵੈਰੀ ਆ ਉਹ ਉਹ ਰਿਹਾ ਆ ਸੋ ਬਾਦਲ ਨੇ ਹਿੰਦੀ Hindu ਹਿੰਦੁਸਤਾਨ ਦਾ ਏਜੰਡਾ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰ ਆ ਉਹ ਬਾਕੀ ਨਹੀਂ ਛੱਡੀ ਇਹ ਸਿੱਖੀ ਨੂੰ Hindu ਤੱਵ ਦੇ ਖਾਰੇ ਸਮੁੰਦਰ ਦੇ ਵਿੱਚ ਜਿਹੜਾ ਆ ਔਰ ਡੋਬਣਾ ਚਾਹੁੰਦਾ ਸੀ ਇਸੇ ਕਰਕੇ ਤਾਂ ਅੱਜ ਜਿਹੜੇ ਹਿੰਦੂ ਤਵੀਏ ਜਾਂ ਭਾਜਪਾ ਆ ਮੋਦੀ ਆ ਸ਼ਾਹ ਆ ਕੋਈ ਨੂੰ ਸ਼ਰਧਾਂਜਲੀयां ਦੇਣ ਜਿਹੜਾ ਆ ਉਹ ਪਹੁੰਚੇ ਹੋਏ ਆ ਕਿਉਂਕਿ ਬਾਦਲ ਜਿਹੜਾ ਆ ਉਹ ਇੱਕ ਭਾਰਤੀ ਸਟੇਟ ਦਾ ਉਹ ਪਿਆਦਾ ਸੀ ਉਹ ਇੱਕ ਇਹਨਾਂ ਦਾ ਸੰਧ ਸੀ ਉਹ ਇਹਨੂੰ ਹਥਿਆਰ ਵੱਡੋ ਜਿਹੜਾ ਆ ਉਹ ਸਮੇਂ-ਸਮੇਂ ਦੇ ਉੱਤੇ ਜਿਹੜਾ ਆ ਉਹ ਵਰਤਦੇ ਰਹੇ ਤੁਸੀਂ ਦੇਖੋ ਕਿ ਇੰਦਰਾ ਗਾਂਧੀ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੋ ਉਹਦੇ ਪਿੱਛੇ ਵੀ ਜਦੋਂ ਤੁਸੀਂ ਦੇਖੋਗੇ ਕਿਤੇ ਇਹ ਕਿਤੇ ਨਾ ਕਿਤੇ ਤੁਹਾਨੂੰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਆ ਉਹ ਦਿਸੇਗਾ ਤੁਸੀਂ 1978 ਤੋਂ ਜੇਕਰ ਇਹਦੀਆਂ ਗਦਾਰੀਆਂ ਦਾ ਚਿੱਠਾ ਖੋਲਣ ਲੱਗ ਪਈ ਹੈ ਨਾ ਤਾਂ ਇੱਕ ਵੱਡਾ ਜਿਹੜਾ ਗ੍ਰੰਥ ਆ ਉਹ ਬਣ ਸਕਦਾ ਸ਼ਾਇਦ ਇਹਦੀਆਂ ਗਦਾਰੀਆਂ ਦਾ ਜਿਹੜਾ ਚਿੱਠਾ ਆ ਨਾ ਪੋੜਿਆ ਉਹ ਇੱਕ ਗ੍ਰੰਥ ਦੇ ਵਿੱਚ ਵੀ ਜਿਹੜੀ ਆ ਉਹ ਪੂਰੀ ਨਾ ਆ ਸਕੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਨੇ ਸਿੱਖ ਮਾਰੇ ਸਾਡੇ ਉੱਤੇ ਘੱਲੂ ਘਾਰੇ ਵਰਤਾਏ ਝੂਠੇ ਮੁਕਾਬਲੇ ਜਿਹੜੇ ਆ ਉਹ ਉਹ ਸਾਡੇ ਕੀਤੇ ਸੋ ਉਸੇ ਤਰਜ਼ ਦੇ ਉੱਤੇ ਜਿਹੜਾ ਬਾਦ ਵਿੱਚ ਜਿਹੜਾ ਬਾਦਲ ਆ ਉਹ ਚੱਲਿਆ 1978 ਦੀ ਜੇਕਰ ਗੱਲ ਕਰੀਏ ਤਾਂ ਜਦੋਂ 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਹੋਇਆ ਉਸ ਸਮੇਂ ਸਰਕਾਰ ਕਿਹਦੀ ਸੀ ਐਸੇ ਬਾਦਲ ਦੀ ਸਰਕਾਰ ਸੀ ਇਹੀ ਜਿਹੜਾ ਆ ਉਹ ਮੁੱਖ ਮੰਤਰੀ ਸੀ ਉਸ ਤੋਂ ਬਾਅਦ ਇੰਨੇ ਦਰਬਾਰ ਸਾਹਿਬ ਦੇ ਹਮਲੇ ਦੇ ਵਾਸਤੇ ਇੰਨੇ ਲੋਂਗੋਵਾਲ ਨੇ ਬਰਨਾਲੀ ਹੋਣਾ ਨੇ ਬਾਦਲ ਕਿਆ ਨੇ ਜਿਹੜੀਆਂ ਚਿੱਠੀਆਂ ਆ ਉਹ ਵੀ ਲਿਖੀਆਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਦਿਆਂ ਦੇ ਨਾਲ ਇਹਨਾਂ ਨੇ ਖੁੱਲ ਕੇ ਜਿਹੜੀ ਗਦਾਰੀ ਆ ਉਹ ਕੀਤੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਇਹਨਾਂ ਬਾਦਲਾਂ ਨੇ ਲੋਂਗੋ ਆਵਾਜ਼ ਨੇ ਜਿਹੜਾ ਸ਼ਹੀਦ ਆ ਉਹ ਕਰਵਾਇਆ ਸੀ ਜਦੋਂ ਸਾਡੇ ਝੂਠੇ ਮੁਕਾਬਲੇ ਹੋ ਰਹੇ ਸੀ ਤਾਂ ਬਾਦਲ ਦਾ ਦੋਗਲਾਪਨ ਵੇਖੋ ਸਵੇਰੇ ਸ਼ਹੀਦਾਂ ਦੇ ਭੋਗ ਤੇ ਚਲੇ ਜਾਂਦਾ ਸੀ ਜੁਝਾਰੂ ਸਿੰਘਾਂ ਦੇ ਘਰਾਂ ਦੇ ਵਿੱਚ ਤੇ ਰਾਤ ਨੂੰ ਕੇਪੀਐਸ ਗਿੱਲ ਦੇ ਨਾਲ ਬੈਠ ਕੇ ਗੁਪਤ ਜਿਹੜੀਆਂ ਮੀਟਿੰਗਾਂ ਆ ਉਹ ਕਰਦਾ ਸੀ ਸੁਮੇਧ ਸੈਣੀ ਜਿਹੜਾ ਸਿੱਖਾਂ ਨੂੰ ਕਹਿੰਦਾ ਸੀ ਸਾਡੀਆਂ ਧੀਆਂ ਭੈਣਾਂ ਨੂੰ ਖਾਨਿਆਂ ਦੇ ਵਿੱਚ ਰੱਜ ਕੇ ਬੇਪੱਧ ਕਰਦਾ ਸੀ ਉਹ ਸਮੇਤ ਸੈਣੀ ਦੇ ਨਾਲ ਇਹ ਇਹਦੀਆਂ ਜਿਹੜੀਆਂ ਯਾਰੀਆਂ ਆ ਉਹ ਤਾਂ ਸਾਹਮਣੇ ਆ ਚੁੱਕੀਆਂ ਹੋਈਆਂ ਆ ਇਜ਼ਹਾਰ ਆਦਮ ਜਿਹਨੇ ਕੈਟ ਸੈਨਾ ਬਣਾ ਕੇ ਸਾਡੇ ਸਿੱਖ ਨੌਜਵਾਨਾਂ ਦਾ ਭਾਰੀ ਕਤਲੇਆਮ ਕੀਤਾ ਉਹਨੂੰ ਇਹਨੇ ਸ਼ਰੋਮਨੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਜਿਹੜਾ ਬਣਾਇਆ ਹੋਇਆ ਸੀ ਹੋਰ ਪਤਾ ਨਹੀਂ ਕਿੰਨੇ ਬੁੱੱਜੜ ਪੁਲਿਸ ਅਫਸਰ ਉਹ ਸ਼ਰੋਮਨੀ ਅਕਾਲੀ ਦਲ ਆ ਜਦੋਂ ਅਕਾਲੀ ਦਲ ਕਹਿੰਦਾ ਆ ਬਾਦਲ ਦਲ ਉਹਦੇ ਵਿੱਚ ਇਹ ਜਿਹੜੇ ਬੁੱਲੇ ਆ ਉਹ ਉਹ ਲੁੱਟਦੇ ਰਹੇ ਆ ਗਦਾਰੀਆਂ ਦਾ ਚਿੱਠਾ ਦੇਖੋ ਜਿਵੇਂ ਕਾਂਗਰਸ ਨੇ ਸਿੱਖ ਮਾਰੇ ਆ ਠੀਕ ਆ ਇਸੇ ਤਰ੍ਹਾਂ ਇਬਾਦਤ ਕਿਆਂ ਦੇ ਸਿੱਖ ਨਹੀਂ ਮਾਰੇ ਜੀ 13 ਅਪ੍ਰੈਲ 1978 ਨੂੰ 13 ਸਿੰਘ ਸ਼ਹੀਦ ਇਹਨੇ ਕਰ ਦਿੱਤੇ ਉਸ ਤੋਂ ਬਾਅਦ 2007 ਦੇ ਵਿੱਚ ਭਾਈ ਕਮਲਜੀਤ ਸਿੰਘ ਸੁਨਾਮ ਨੂੰ ਇਹਨੇ ਸ਼ਹੀਦ ਕੀਤਾ ਭਾਈ ਹਰਮੰਦਰ ਸਿੰਘ ਡੱਬ ਵਾਲੀ ਨੂੰ ਇਹਨੇ ਜਿਹੜਾ ਸ਼ਹੀਦੀਆ ਉਹ ਕੀਤਾ ਆ ਲੁਧਿਆਣੇ ਦੇ ਵਿੱਚ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਬਾਦਲ ਕਾਂਦੀ ਸਰਕਾਰ ਨੇ ਜਿਹੜਾ ਸ਼ਹੀਦ ਆ ਉਹ ਕੀਤਾ ਇਸੇ ਤਰ੍ਹਾਂ ਭਾਈ ਜਸਪਾਲ ਸਿੰਘ ਚੌਰ ਸਿਧਵਾ ਨੂੰ 2012 ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਜਿਹੜਾ ਬਾਦਲ ਕਾਂਦੀ ਸਰਕਾਰ ਨੇ ਜਿਹੜਾ ਸ਼ਹੀਦ ਆ ਉਹ ਕੀਤਾ ਅੱਜ ਜਿਹੜੇ ਲੋਕ ਬਾਦਲ ਕਾਂਦੇ ਸੋਲੇ ਗਾਉਂਦੇ ਪਏ ਆ ਸੋ ਇਹਨਾਂ ਨੂੰ ਇੱਕ ਵਾਰ ਭਾਈ ਜਸਪਾਲ ਸਿੰਘ ਚੌਰ ਸਿਧਵਾ ਦੇ ਘਰ ਜ਼ਰੂਰ ਜਾਣਾ ਚਾਹੀਦਾ ਆ ਜਿਨ੍ਹਾਂ ਦਾ ਮਾਪਿਆਂ ਦਾ ਇਕਲੌਤਾ ਪੁੱਤ ਇਹ ਬਾਦਲਾਂ ਦੀ ਸਰਕਾਰ ਨੇ ਜਿਹੜਾ ਆ ਉਹ ਸ਼ਹੀਦ ਕਰਕੇ ਰੱਖ ਦਿੱਤਾ ਕਿਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਹੋਇਆ ਪਾਵਨ ਸਰੂਪ ਚੋਰੀ ਹੋਇਆ ਬੁਰਜ ਜਵਾਹਰ ਕੇ ਤੋਂ ਉਸ ਤੋਂ ਬਾਅਦ ਪੋਸਟਰ ਲਾ ਕੇ ਸਿੱਖਾਂ ਨੂੰ ਬੰਗਾਰਿਆ ਗਿਆ ਬੇਅਦਬੀ ਇਹਦੇ ਦੋਸ਼ੀ ਸਿਰਸਾ ਡੇਰਾ ਪ੍ਰੇਮੀਆਂ ਦੇ ਵੱਲੋਂ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਤੋਂ ਆ ਜੇਕਰ ਤੁਸੀਂ ਬਚਾ ਸਕਦੇ ਹੋ ਤਾਂ ਬਚਾ ਲਓ ਉਸ ਸਮੇ ਬਾਦਲ ਕਿਆਂ ਦੀ ਸਰਕਾਰ ਸੀ ਕੀ ਕੀ ਇਹਦਾ ਫਰਜ ਨਹੀਂ ਬਣਦਾ ਸੀ ਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਤੁਰੰਤ ਜਿਹੜਾ ਲੱਭਿਆ ਆ ਉਹ ਜਾਵੇ ਇਹਨੂੰ ਪਤਾ ਸੀ ਕਿ ਕਿੰਨੇ ਜਿਹੜੇ ਆ ਮਹਾਰਾਜ ਰੂਪ ਦੇ ਜਿਹਦੀ ਪਾਵਨ ਰੂਪ ਦੀ ਜਿਹਦੀ ਚੋਰੀ ਆ ਉਹ ਕੀਤੀ ਪਰ ਜਦੋਂ ਇਹਨੂੰ ਪਤਾ ਸੀ ਕਿ ਜਿਹੜੀ ਤਾਰ ਆ ਉਹ ਡੇਰਾ ਸਰਸਾ ਵੱਲ ਜਾਂਦੀ ਆ ਇਹਨੂੰ ਇਹ ਸੀ ਕਿ ਮੇਰੀਆਂ ਵੋਟਾਂ ਨਾ ਟੁੱਟ ਜਾਣ ਮੰਨ ਲਈ ਇਹ ਗੱਲ ਮੰਨ ਲਈ ਤੁਹਾਡੀ ਮੈਂ ਤੁਹਾਨੂੰ ਹਜੇ ਅਗਲੀ ਗੱਲ ਵੀ ਦੱਸਦਾ ਠੀਕ ਆ ਇਸ ਤੋਂ ਬਾਅਦ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਅੰਗ ਆ ਉਹ ਪਾੜੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੇ ਆ ਉਹ ਖਿਲਾਰੇ ਤੇ ਬਾਰਲਕਿਆਂ ਨੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਜਿਹੜਾ ਸ਼ਹੀਦਿਆ ਉਹ ਕੀਤਾ अनेका ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਕੀਤਾ ਅਤੇ ਉਲਟਾ ਦੋਸ਼ੀ ਸਿੱਖਾਂ ਨੂੰ ਹੀ ਜਿਹੜਾ ਆ ਉਹ ਗਰਦਾਨ ਦਿੱਤਾ ਭਾਈ ਸੋਹਣ ਸਿੰਘ ਨੂੰ ਇਹਨਾਂ ਨੇ ਜਿਹੜਾ ਸ਼ਹੀਦ ਕੀਤਾ ਭਾਈ ਮਨਸੂਰ ਸਿੰਘ ਦੇਵਾ ਨੂੰ ਇਹਨਾਂ ਨੇ ਜਿਹੜਾ ਸ਼ਹੀਦ ਕੀਤਾ ਭਾਈ ਕੁਲਵੰਤ ਸਿੰਘ ਵਰਪਾਲ ਨੂੰ ਇਹਨੇ ਬਾਦਲਾਂ ਨੇ ਜਿਹੜਾ ਸ਼ਹੀਦਿਆ ਉਹ ਕੀਤਾ ਸੋ ਇੰਨੀ ਜ਼ਿਆਦਾ ਜਿਹੜੀ ਲੰਬੀ ਲਿਸਟ ਆ ਜਿਹੜੀਆਂ ਇਹਨੇ ਵੈਰ ਕਮਾਇਆ ਆ ਸਿੱਖਾਂ ਦੇ ਨਾਲ ਉਹਨੂੰ ਅਸੀਂ ਕਿਵੇਂ ਜਿਹੜਾ ਆ ਉਹ ਭੁੱਲ ਸਕਦੇ ਆ ਮੰਨ ਲਿਆ ਮੰਨ ਲਿਆ ਕਿ ਇਨੀ ਕਹਿ ਰਹੀ ਰਾ ਸਿੱਖਾਂ ਉੱਤੇ ਇਹਨਾਂ ਨੇ ਕਮਾਇਆ ਪਰ ਦੂਦੇ ਪਾਸੇ ਗੱਲ ਕਰੀਏ ਕਿ ਲੋਕ ਕਹਿੰਦੇ ਮੈਂ ਨਹੀਂ ਕਿਹਾ ਫਿਰ ਲੋਕ ਕਹਿੰਦੇ ਆ ਕਿ ਬੰਦੀ ਸਿੰਘਾਂ ਦੀ ਗੱਲ ਸਭ ਤੋਂ ਜ਼ਿਆਦੀ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੁਆਰਾ ਬਾਦਲ ਕਰ ਰਹੀ ਹੈ ਦੇਖੋ ਕਹਿੰਦੇ ਹੁੰਦੇ ਨਾ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ ਜੀ ਸੋ ਜਦੋਂ ਤਾਂ ਬਾਦਲ ਕੇ ਮੋਦੀ ਦੇ ਨਾਲ ਬੰਦੇ ਸੀ ਜਦੋਂ ਅਮਿਤ ਸ਼ਾਹ ਦੇ ਨਾਲ ਬੰਦੇ ਸੀ ਜਦੋਂ ਰਾਜਨਾਥ ਦੇ ਨਾਲ ਬੰਦੇ ਸੀ ਉਦੋਂ ਮਰਦੇ ਉਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਿਉਂ ਨਹੀਂ ਕੀਤੀ ਜਦੋਂ ਇਹਨਾਂ ਦੇ ਹੱਥੋਂ ਸੱਤਾ ਖੋਸ ਗਈ ਜਦੋਂ ਲੋਕ ਸਭਾ ਦੇ ਵਿੱਚੋਂ ਵੀ ਹਾਰ ਗਏ ਜਦੋਂ ਵਿਧਾਨ ਸਭਾ ਦੇ ਵਿੱਚੋਂ ਵੀ ਜਿਹੜਾ ਆ ਹਾਰ ਗਏ ਜਦੋਂ ਇਹਨਾਂ ਦੀ ਰਾਜਸੀ ਹਾਲਤ ਇੰਨੀ ਜ਼ਿਆਦਾ ਜਿਹੜੀ ਆ ਉਹ ਪਤਲੀ ਹੋ ਗਈ ਤਾਂ ਇਹਨਾਂ ਨੇ ਪੰਥਕ ਬਣਦੇ ਜਿਹੜੇ ਡਰਾਮੇ ਆ ਉਹ ਫਿਰ ਦੁਬਾਰਾ ਕਰਨੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆਪਣੀ ਸਰਕਾਰ ਦੇ ਵਿੱਚ ਤਾਂ ਇਹ ਸ੍ਰੀ ਆਕਾਦਤਕ ਸਾਹਿਬ ਦੇ ਜਥੇਦਾਰ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸਨ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨੂੰ ਜਿਹੜਾ ਸੁਖਵੀਰ ਬਾਦਲ ਆ ਉਹ ਨਵੰਬਰ 2015 ਦੇ ਵਿੱਚ ਘਾਤ ਲਖਦਾ ਰਿਹਾ ਆ ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਵੱਡਾ ਬਾਦਲ ਆ ਉਹ ਹੱਤਵਾਦੀ ਆਖਦਾ ਰਿਹਾ ਆ ਭਾਈ ਕਮਲਜੀਤ ਸਿੰਘ ਸੁਨਾਮ ਕਰਮਜੀਤ ਸਿੰਘ ਸੁਨਾਮ ਜਿਨ੍ਹਾਂ ਨੇ ਰਜੀਵ ਗਾਂਧੀ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੀ ਬਾਦਲਿਆ ਨੇ ਉਹਨੂੰ ਬਦਮਾਸ਼ ਜਿਹੜਾ ਆ ਉਹ ਲਿਖਿਆ ਹੋਇਆ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਇਹ ਭੋਖੜਤਾ ਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਤੁਸੀਂ ਬਿਆਨ ਪੜ੍ਹ ਕੇ ਦੇਖੋ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਿ ਕਿੰਨਾ ਇਹਨਾਂ ਨੇ ਜਿਹੜਾ ਵੈਰ ਆ ਉਹ ਕਮਾਇਆ ਬਾਪੂ ਸੂਰਤ ਸਿੰਘ ਦੇ ਨਾਲ ਇਹਨਾਂ ਨੇ ਜਿਹੜਾ ਵੈਰ ਆ ਉਹ ਕਮਾਇਆ ਸੋ ਪੰਜਾਬ ਦੇ ਵਿੱਚ ਇਹ ਬੰਦੀ ਸਿੰਘਾਂ ਨੂੰ ਲਿਹਾਉਣ ਲਈ ਜਿਹੜਾ ਤਿਆਰ ਨਹੀਂ ਸਨ ਜਿਹੜੇ ਪੰਜਾਬ ਦੇ ਵਿੱਚ ਬੰਦ ਸਨ ਉਹਨਾਂ ਨੂੰ ਜਿਹੜਾ ਛੱਡਣ ਲਈ ਤਿਆਰ ਨਹੀਂ ਸਨ ਜਿਹੜੇ ਜਿਹਦੀਆਂ ਜਥੇਬੰਦੀਆਂ ਜਾਂ ਜਿਹੜੀਆਂ ਸ਼ਕਤੀਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰਦੀਆਂ ਰਹੀਆਂ ਉਹਨਾਂ ਸਾਰਿਆਂ ਨੂੰ ਬਾਲਾ ਦੀ ਸਰਕਾਰ ਦੇ ਵਿੱਚ ਅਖਬਾਰਾਂ ਕੱਢ ਕੇ ਦੇਖ ਲਓ ਜੇਲ੍ਹਾਂ ਦੇ ਵਿੱਚ ਧੱਕਿਆ ਜਾਂਦਾ ਰਿਹਾ ਮੈਂ ਖੁਦ ਉਸ ਸਮੇਂ 7 ਜਨਵਰੀ 2015 ਨੂੰ ਬਾਲਾ ਦੀ ਸਰਕਾਰ ਨੇ ਮੈਨੂੰ ਗ੍ਰਿਫਤਾਰ ਕੀਤਾ ਮੈਂ ਥਾਣਿਆਂ ਦੇ ਵਿੱਚ ਰਿਹਾ ਸਾਡੀ ਜਥੇਬੰਦੀ ਸਿੱਖ ਜੂਥ ਫੈਡਰੇਸ਼ਨ ਪਿੰਡਰਾਂਵਾਲਾ ਦੇ ਉੱਤੇ ਅਨੇਕਾਂ ਜਿਹੜੇ ਕੇਸ ਆ ਉਹ ਬਾਦਲ ਗਿਆ ਨੇ ਪਾਏ ਜਿਹੜੇ ਮੇਰੇ ਤੋਂ ਪਹਿਲਾਂ ਇਸ ਜਥੇਬੰਦੀ ਦੇ ਮੁਖ ਸੇਵਾਦਾਰ ਸਨ ਭਾਈ ਬਦਵੰਦ ਸਿੰਘ ਓਪਾਲਾ ਅਨੇਕਾਂ ਵਾਰੀ ਉਹਨੂੰ ਜੇਲ੍ਹਾਂ ਦੇ ਵਿੱਚ ਇਹਨਾਂ ਬਾਦਲਾਂ ਨੇ ਸੁਟਿਆ ਕਿ ਦੋਸ਼ ਕੀ ਸੀ ਸਾਡਾ ਕਿ ਅਸੀਂ ਪੰਥ ਅਤੇ ਪੰਜਾਬ ਦੀ ਜਿਹੜੀ ਗੱਲ ਆ ਉਹ ਕਰਦੇ ਸੀ ਤੁਸੀਂ ਕਦੀ ਨਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਾ ਕੇ ਮਿਲਿਓ ਜਦੋਂ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕੇਸ ਦੀ ਗੱਲ ਇਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੀਤੀ ਇਹ ਅੱਗੋਂ ਕਹਿੰਦਾ ਛੱਡੋ ਬੀਬੀ ਜੀ ਪੁਰਾਣੀਆਂ ਗੱਲਾਂ ਜਦੋਂ ਸ਼ਹੀਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਬਾਦਲ ਜਿਹੜਾ ਆ ਉਹ ਦੱਬ ਕੇ ਬਹਿ ਗਿਆ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਸੀਆਂ ਨੂੰ ਬਾਦਲ ਗਿਆ ਨੇ ਜਿਹੜਾ ਹੈ ਉਹ ਬਤਾਇਆ ਤੁਸੀਂ ਦੇਖੋ ਬਾਦਲਾਂ ਦੀ ਗਦਾਰੀਆਂ ਦਾ ਚਿੱਠਾ ਦੇਖੋ 1997 ਦੇ ਵਿੱਚ ਨਾ ਸਰਕਾਰ ਬਣਨ ਤੋਂ ਪਹਿਲਾਂ ਬਾਦਲ ਨੇ ਸਿੱਖ ਪੰਥ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸ਼ਰਮਣੀ ਅਕਾਲੀ ਦਲ ਦੀ ਬਾਦਲ ਦੀ ਸਰਕਾਰ ਬਣੀ ਤਾਂ ਉਹਨਾਂ ਦੋਸ਼ੀ ਪੁਲਸੀਆਂ ਨੂੰ ਸਜ਼ਾਵਾ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਆ। ਇਹੋ ਜਿਹੀ ਦੀ ਜਿਹੜੀ ਸਰਕਾਰ ਆ ਉਹ ਬਣ ਗਈ ਤਾਂ ਇਹਨਾਂ ਨੇ ਵੇਖੋ ਕਿ ਉਹਨਾਂ ਦੋਸ਼ੀ ਪੁਲਸੀਆਂ ਨੂੰ ਸਜ਼ਾਵਾ ਤਾਂ ਖੀਂ ਦੇਣੀ ਆ ਸੀ। ਉਲਟਾ ਸਿੱਖ ਨੌਜਵਾਨਾਂ ਦੇ ਉੱਤੇ ਜ਼ਬਰ ਕਹਿਰ ਜਿਹੜਾ ਆ ਉਹ ਢਾਇਆ ਇਹਨਾਂ ਦੀ ਸਰਕਾਰ ਦੇ ਵਿੱਚ। ਇੱਕ ਨਹੀਂ ਹਜ਼ਾਰਾਂ ਜਿਹੜੇ ਨੌਜਵਾਨ ਆ ਉਹ ਜੇਲਾਂ ਥਾਣਿਆਂ ਦੇ ਵਿੱਚ ਜਿਹੜੇ ਆ ਉਹ ਬੰਦੇ ਆ ਉਹ ਕੀਤੇ ਗਏ ਤੇ ਸੁਮੇਧ ਸੈਣੀ ਜੋ ਇੱਕ ਬੁੱੱਜੜ ਪੁਲਿਸ ਅਫਸਰ ਸੀ ਜਿਹਦਾ ਜਕਰੀਆ ਖਾਨ ਦੇ ਨਾਲੋਂ ਕਿਸੇ ਵੀ ਪ੍ਰਕਾਰ ਘਟ ਨਹੀਂ ਸੀ ਉਹ ਇੱਕ ਫਰੁਕਸ਼ੀਰ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਘਟ ਨਹੀਂ ਸੀ ਇਹਨਾਂ ਬਾਦਲਾਂ ਨੇ ਆਪਣੀ ਸਰਕਾਰ ਦੇ ਵਿੱਚ ਉਹਨੂੰ ਪੁਲਿਸ ਮੁਖੀ ਡੀਜੀਪੀ ਜਿਹੜਾ ਆ ਉਹ ਲਾਇਆ ਇਜ਼ਹਾਰ ਆ আলম ਨੂੰ ਸ਼ਰੋਮਣੀ ਅਕਾਲੀ ਦਰਬ ਦੇ ਵਿੱਚ ਜਿਹੜਾ ਆ ਉਹ ਭਰਤੀ ਆ ਉਹ ਕੀਤਾ ਗੱਲ ਕਰਦੇ ਆ ਕਿ ਇਹ ਤੇ ਸਿੱਖ ਪੰਥ ਨਾਲ ਵੈਰ ਦੀ ਗੱਲ ਜਿਹੜਾ ਬਾਦਲਾਂ ਨੇ ਘਮਾਇਆ ਤੁਸੀਂ ਦੱਸਿਆ ਕਿ ਸਿੱਖ ਕੌਮ ਉਤੇ ਬਾਦਲਾਂ ਨੇ ਬੜਾ ਕਹਿਰ ਕੀਤਾ ਪਰ ਦੂਜੀ ਪਾਸੇ ਗੱਲ ਕਰੀਏ ਕਿ ਵਿਕਾਸ ਤੇ ਲੋਕ ਕਹਿੰਦੇ ਆ ਰਜਿਸਟਰਾ ਅੱਜ ਫੇਸਬੁੱਕ ਉਤੇ ਜਾਰੀ ਹੋਈਆਂ ਬਾਦਲਾਂ ਨੇ ਲਿੰਕ ਰੋਡ ਬਣਾ ਤੇ ਬਾਲਾ ਨੇ ਪੁਲ ਬਣਾ ਤੇ ਬਾਲਾ ਨੇ ਸਕੂਲ ਬਣਾ ਤੇ ਬਾਲਾ ਨੇ ਹਸਪੀਟਲ ਬਣਾ ਤੇ ਕੀ ਮੰਨਦੇ ਹੋ ਤੁਸੀਂ ਵਿਕਾਸ ਦਾ ਕੰਮ ਹੋਇਆ ਸੀ ਕਿ ਨਹੀਂ ਹੋਇਆ ਸੀ ਜੋ ਜਿਹੜਾ ਵਿਕਾਸ ਸੀ ਹਨ ਉਹ ਕਦੇ ਵੀ ਆਜ਼ਾਦੀ ਦਾ ਜਿਹੜਾ ਬਦਲਿਆ ਉਹ ਨਹੀਂ ਹੁੰਦਾ ਨਹੀਂ ਹਾਂ ਜੀ ਵਿਕਾਸ ਨੂੰ ਕਦੇ ਵੀ ਆਜ਼ਾਦੀ ਦਾ ਜਿਹੜਾ ਬਦਲਿਆ ਉਹ ਉਹ ਨਹੀਂ ਮੰਨਿਆ ਜਾ ਸਕਦਾ ਤੇ ਜਿੱਥੋਂ ਤੱਕ ਵਿਕਾਸ ਦੀ ਗੱਲ ਹੈ ਨਾ ਚਾਹੇ ਉਹ ਕੋਈ ਵੀ ਸਰਕਾਰ ਹੋਵੇ ਉਹਦਾ ਫਰਜ ਬਣਦਾ ਆ ਕਿ ਜਿਹੜਾ ਆਪਣੇ ਸੂਬੇ ਦਾ ਜਿਹੜਾ ਵਿਕਾਸ ਹੈ ਉਹ ਕੀਤਾ ਜਾਵੇ ਆਪਣੇ ਸ਼ਹਿਰ ਦਾ ਜਿਹੜਾ ਵਿਕਾਸ ਹੈ ਉਹ ਕੀਤਾ ਜਾਵੇ ਤੇ ਜਿੱਦਾਂ ਦੀ ਲਿਸਟ ਬਾਦਲ ਕੇ ਚੱਕੀ ਫਿਰਦੇ ਆ ਇਦਾਂ ਦੀ ਲਿਸਟ ਤਾਂ ਉਹ ਕਾਂਗਰਸੀ ਵੀ ਚੱਕੀ ਫਿਰਦੇ ਹੋਣਗੇ ਆ ਕੱਲ ਨੂੰ ਝਾੜੂ ਪਾਰਟੀ ਦਾ ਜਿਹੜਾ ਭਗਵੰਤ ਮਾਨ ਆ ਇਹ ਵੀ ਇਦਾਂ ਦੀ ਜਿਹੜੀ ਲਿਸਟ ਆ ਉਹ ਚੱਕੀ ਫਿਰੂਗਾ ਬਹੁਤ ਸਾਰੇ ਜਿਹੜੇ ਕਾਂਗਰਸੀ ਜਿਹੜੇ ਇੰਦਰਾ ਗਾਂਧੀ ਦੀ ਵਾਹ ਵਾਹ ਕਰਦੇ ਆ ਉਹ ਉਹਨਾਂ ਦੇ ਕੋਲ ਵੀ ਇਹੋ ਜਿਹੀ ਜਿਹੜੀ ਲਿਸਟ ਆ ਉਹ ਹੋਵੇਗੀ ਉਹ ਵੀ ਲੋਕ ਜਿਹੜੇ ਆ ਉਹ ਬੁੱੱਛੜ ਜਿਹੜੇ ਉਹ ਜਿੰਨਾ ਨੇ ਪੁਲਿਸ ਅਫਸਰ ਮਾਰੇ ਆ ਤੇ ਪੁਲਿਸ ਅਫਸਰ ਜਿਹੜੇ ਬੁੱੱਚੇ ਦੇ ਜਿਹੜੇ ਸਿੱਖਾਂ ਉਤੇ ਕਹਿਰ ਕਰਦੇ ਰਹੇ ਆ ਸੋ ਉਹਨਾਂ ਦੀਆਂ ਵੀ ਕੁਝ ਐਹੋੜੀਆਂ ਗੱਲਾਂ ਕੱਢ ਕੇ ਲੈ ਆਉਣਗੇ ਕਿ ਦੇਖੋ ਜੀ ਇਹਨਾਂ ਨੇ ਆ ਕੁਝ ਕੀਤਾ ਇੰਦਰਾ ਗਾਂਧੀ ਬਾਰੇ ਵੀ ਕਹਿ ਦੇਣਗੇ ਕਿ ਬਯੰਤ ਸਿੰਘ ਬਾਰੇ ਵੀ ਕਹਿ ਦੇਣਗੇ ਕਿ ਉਸ ਸਮੇਂ ਪੰਜਾਬ ਦਾ ਜਿਹੜਾ ਇਹ ਵਿਕਾਸ ਜਿਹਾ ਉਹ ਹੋਇਆ ਪਰ ਜਿੰਨਾ ਵੱਡਾ ਇਹਨੇ ਕਹਾਣ ਕੀਤਾ ਸਭ ਤੋਂ ਵੱਧ ਜਿਹੜੇ ਨੌਜਵਾਨ ਨਸ਼ੀਆਂ ਦੇ ਨਾਲ ਮਾਰੇ ਗਏ ਜਾਂ ਸਭ ਤੋਂ ਵੱਧ ਜਿਹੜਾ ਨਸ਼ਾ ਵਿਗਿਆ ਉਹ ਬਾਦਲਾਂ ਦੀ ਸਰਕਾਰ ਦੇ ਵਿੱਚ ਜਿਹੜਾ ਆ ਉਹ ਵਿਕਦਾ ਰਿਹਾ ਆ ਹੁਣ ਵੀ ਬਾਦ ਕੈਪਟਨ ਦੇ ਰਾਜ ਵਿੱਚ ਵੀ ਵਿਗਿਆ ਭਗਵੰਤ ਮਾਨ ਝਾੜੂ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਵਿਗਿਆ ਪਰ ਜਿਹੜੀ ਆ ਸਭ ਤੋਂ ਵੱਧ ਜਿਹੜਾ ਇਹ ਸਭਿਆਚਾਰ ਲਿਆਂਦਾ ਨਸ਼ਿਆਂ ਵਾਲਾ ਜਾਂ ਜਿਹੜੀ ਪੂਰੀ ਖੋਲ ਦੇ ਦਿੱਤੀ ਗਈ ਇਹ ਸਾਰਾ ਬਾਦਲਾਂ ਦੇ ਰਾਜ ਦੇ ਵਿੱਚ ਹੋਇਆ ਪ੍ਰਕਾਸ਼ ਸਿੰਘ ਜਿਹੜਾ ਬਾਦਲ ਆ ਮਜੀਠੀਆ ਆ ਇਹ ਸਾਰੇ ਜਿਹੜੇ ਡਰੱਗ ਮਾਫੀਆ ਰਹੇ ਆ ਰੇਤਾ ਜਿਹੜੀ ਆ ਉਹ ਇਹਨਾਂ ਦੇ ਰਾਜ ਦੇ ਵਿੱਚ ਚੋਰੀ ਹੁੰਦੀ ਰਹੀ ਆ ਭ੍ਰਿਸ਼ਟਾਚਾਰੀ ਇਹਨਾਂ ਦੇ ਰਾਜ ਦੇ ਵਿੱਚ ਜਿਹੜੀ ਆ ਉਹ ਹੋ ਰਹੀ ਆ ਸੋ ਇਸ ਕਰਕੇ ਸੋਹੀ ਇੰਨੀਆਂ ਗੱਲਾਂ ਕਹਿ ਕਰਕੇ ਕਿ ਇਹਨਾਂ ਨੇ ਜਿਹੜੀਆਂ ਯਾਦਗਾਰਾਂ ਆ ਉਹ ਉਹ ਬਣਾਈਆਂ ਆ ਤੁਸੀਂ ਦੇਖੋ ਕਿ ਜਿਹੜੀਆਂ ਸਾਡੀਆਂ ਅਸਲ ਯਾਦਗਾਰਾਂ ਸੀ ਉਹ ਤਾਂ ਇਹਨਾਂ ਨੇ ਕਾਰ ਸੇਵਾ ਅਖੌਤੀ ਕਾਰ ਸੇਵਾ ਬਾਬੇ ਰਹੀਂ ਜਿਹੜੀਆਂ ਉਹ ਢਾ ਦਿਤੀਆਂ ਬਾਦਲਾ ਨੇ ਸ਼ਰੋਮਣੀ ਕਮੇਟੀ ਨੇ ਕਾਰ ਸੇਵਾ ਬਾਬੇ ਰਹੀਂ ਢਾ ਦਿਤੀਆਂ ਅੱਧ ਚਮਕੌਰ ਦੀ ਗੜੀ ਜਿਹੜੀ ਕਿੱਥੇ ਆ ਜਾਂ ਠੰਡਾ ਬੁਰਦ ਜਿਹੜਾ ਸਾਡਾ ਪ੍ਰਾਤਨ ਆ ਉਹ ਕਿੱਥੇ ਆ ਸੋ ਅਨੇਕਾਂ ਜਿਹੜੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਸਾਡਾ ਜਿਹੜਾ ਅੰਮ੍ਰਿਤਸਰ ਦਾ ਕਿਲਾ ਲੋਹਗੜ ਸੀ ਉਹ ਅੱਜ ਪ੍ਰਾਰਥਨ ਜਿਹੜੀ ਉਹਦੀ ਦੇਖਿਆ ਉਹ ਕਿੱਥੇ ਗਈ ਸੋ ਅਸਲ ਜਿਹੜੀਆਂ ਸਾਡੀਆਂ ਜਿਹੜੀਆਂ ਯਾਦਗਾਰਾਂ ਆ ਉਹ ਬਾਦਲ ਕਿਆਂ ਨੇ ਜਿਹਦੀਆਂ ਕਾਰ ਸੇਵਾ ਬਾਬੇ ਆ ਰਾਹੀਂ ਜਾਂ ਸ਼ਰੋਮਨੀ ਕਮੇਟੀ ਰਾਹੀਂ ਜਿਹੜੀਆਂ ਆ ਉਹ ਟਵਾ ਦਿੱਤੀਆਂ ਹੋਈਆਂ ਆ ਮੰਨਦੇ ਸਾਂ ਕਿ ਬਰਗਾੜੀ ਜਿਹੜਾ ਕਾਂਡ ਹੋਇਆ ਜਿਹੜਾ ਬੇਦਵੀ ਕਾਂਡ ਹੋਇਆ ਉਹਦੇ ਵਿੱਚ ਬਾਦਲਾਂ ਦਾ ਰੋਲ ਸੀ ਪਰ ਹੁਣ ਤੇ ਝਾੜੂ ਪਾਰਟੀ ਆਈ ਆ ਹੁਣ ਕੱਲ ਪਰਸੋ ਫੇਰ ਬੇਦਵੀ ਹੋਈ ਆ ਦੇਖੋ ਇਹ ਜਿੰਨੇ ਵੀ ਮੁੱਖ ਮੰਤਰੀ ਬਣਦੇ ਆ ਨਾ ਇਹ ਸਾਰੇ ਹੀ ਪੰਥ ਦੇ ਪੰਜਾਬ ਦੇ ਜਿਹੜੇ ਆ ਉਹ ਵੈਰੀ ਆ ਇਹਨਾਂ ਦੇ ਵਿੱਚੋਂ ਕੋਈ ਵੀ ਪੰਥ ਦੇ ਪੰਜਾਬ ਦਾ ਹਿਤਾਸ਼ੀ ਨਹੀਂ ਆ ਇਹ ਸਾਰੇ ਦਿੱਲੀ ਦੇ ਜਿਹੜੇ ਆ ਉਹ ਸੰਧੇ ਆ ਤੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਜਿਹੜੀ ਆ ਉਹ ਬੇਅਦਬੀਆਂ ਜਿਹੜੀਆਂ ਉਹ ਕਰਵਾ ਰਹੀ ਹੈ ਇਹਦੇ ਪਿੱਛੇ ਡੀਪ ਸਟੇਟ ਵੀ ਆ ਇਹਦੇ ਪਿੱਛੇ ਜਿਹੜੀਆਂ ਏਜੰਸੀਆਂ ਆ ਉਹ ਵੀ ਜਿਹੜੀਆਂ ਆ ਉਹ ਕੰਮ ਆ ਉਹ ਕਰ ਰਹੀਆਂ ਹੋਈਆਂ ਆ ਚਾਹੇ ਝਾੜੂ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਇਹਨਾਂ ਸਾਰਿਆਂ ਦੇ ਰਾਜ ਦੇ ਵਿੱਚ ਜਿਹੜੀਆਂ ਸਾਡੀਆਂ ਬੇਅਦਬੀਆਂ ਆ ਗੁਰੂ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਹੋ ਰਹੀਆਂ ਆ ਜੇਕਰ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਆ ਉਹ ਰੁਕ ਸਕਦੀਆਂ ਆ ਤੇ ਉਹਦੇ ਵਿੱਚ ਖਾਲਸਾਈ ਰਿਵਾਇਤ ਖਾਲਸਾਈ ਰਵਾਇਤਾਂ ਅਨੁਸਾਰ ਸਿੱਖ ਕੌਮ ਨੂੰ ਜਿਹੜੇ ਐਕਸ਼ਨ ਆ ਉਹ ਕਰਨੇ ਪੈਣਗੇ ਪਹਿਲਾਂ ਵੀ ਬੇਅਦਬੀਆਂ ਇਦਾਂ ਹੀ ਰੁਕੀਆਂ ਅਗਾਹ ਵੀ ਇਦਾਂ ਰੁਕਣੀ ਪਰ ਤੁਸੀਂ ਦੇਖੋ ਕਿ ਜਦੋਂ ਇੱਥੇ ਹਿੰਦੂ ਰਾਜ ਆਇਆ 1947 ਤੋਂ ਬਾਅਦ ਲਗਾਤਾਰ ਸਾਡੇ ਗੁਰੂ ਦੀਆਂ ਬੇਅਦਬੀਆਂ ਹੋ ਰਹੀਆਂ ਸਾਡੇ ਜਿਹੜੇ ਤਖਤ ਆ ਉਹ ਢਾਏ ਜਾ ਰਹੇ ਆ ਸਾਡੇ ਜਿਹੜੇ ਗੁਰੂ ਘਰ ਆ ਉਹ ਢਾਏ ਜਾ ਰਹੇ ਆ ਸਿੱਖਾਂ ਦਾ ਕਤਲੇਆਮ ਜਿਹੜਾ ਹੋ ਰਿਹਾ ਪਰ ਜਦੋਂ ਖਾਲਸਾ ਰਾਜ ਹੁੰਦਾ ਸੀ ਪੰਜਾਬ ਦੇ ਵਿੱਚ ਉਦੋਂ ਨਾ ਤਾਂ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਨਾ ਕੁਰਾਨ ਦੀ ਬੇਅਦਬੀ ਹੋਈ ਨਾ ਗੀਤਾ ਦੀ ਜਿਹੜੀ ਬੇਅਦਬੀ ਆ ਉਹ ਹੋਈ ਤੇ ਨਾ ਹੀ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਜਿਹੜੀ ਬੇਅਦਬੀ ਆ ਉਹ ਹੋਈ ਸੋ ਇਸ ਕਰਕੇ ਸਿੱਖਾਂ ਨੂੰ ਆਪਣੇ ਰਾਜਵਾਲ ਜਿਹੜਾ ਆ ਉਹ ਵਧਣਾ ਚਾਹੀਦਾ ਆ ਪਰ ਬਾਦਾਂ ਨੇ ਸਿੱਖਾਂ ਨੂੰ ਆਪਣੇ ਰਾਜ ਤੋਂ ਵਧਣ ਦੇ ਵਾਸਤੇ ਵਿਕਾਸ ਦੀਆਂ ਜਿਹੜੀਆਂ ਗੱਲਾਂ ਆ ਉਹ ਬਹੁਤ ਸਾਰੀਆਂ ਜਿਹੜੀਆਂ ਆ ਉਹ ਕੀਤੀਆਂ ਖਾਲਿਸਤਾਨੀ ਗੁਰਸਿੱਖਾਂ ਦੇ ਉੱਤੇ ਜਿਹੜਾ ਟੈਰਰ ਫੈਲਾਉਂਦਾ ਇਹਨਾਂ ਨੇ ਜਿਹੜਾ ਯਤਨ ਆ ਉਹ ਕੀਤਾ ਉਹਨਾਂ ਦੇ ਉੱਤੇ ਅੱਤਵਾਦ ਦਾ ਲੇਬਲ ਲਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਬਾਦਸ਼ਾਹਿਆਂ ਨੂੰ ਕਦੀ ਵੀ ਪੰਥ ਤੇ ਪੰਜਾਬ ਜਿਹੜਾ ਆ ਉਹ ਬਖਸ਼ੇਗਾ ਨਹੀਂ ਜਿਹੜੇ ਲੋਕ ਅੱਜ ਬਾਦਲ ਕਹਿੰਦੇ ਸੋਹਲੇ ਗਾਉਂਦੇ ਆ ਇਹਨਾਂ ਦੇ ਜਿਹੜੇ ਅਗਾਹ ਧੀਆਂ ਪੁੱਤਰ ਹੋਣਗੇ ਜਾਂ ਪੋਤੇ ਪੋਤਰੀਆਂ ਹੋਣਗੇ ਉਹ ਇਹਨਾਂ ਨੂੰ ਜਿਹਦੀਆਂ ਲਾਹਣਤਾਂ ਜਿਹੜੀਆਂ ਆ ਉਹ ਜ਼ਰੂਰ ਪਾਉਣਗੇ ਤੁਸੀਂ ਚਿੱਠਾ ਖੋਲ ਦਿੱਤਾ ਬਾਦਲਾਂ ਦਾ ਬੜੇ ਸੁੱਚੇ ਦੇ ਢੰਗ ਦੇ ਨਾਲ ਕਿ ਬਾਦਲ ਕੀ ਸੀ ਪਿੱਛੇ ਕੀ ਹੋਇਆ ਹੁਣ ਜਾਂਦੇ ਜਾਂਦੇ ਇੱਕ ਗੱਲ ਦੱਸਣਾ ਕਰੋ ਕਿ ਸ਼ਰੋਣੀ ਕਮੇਟੀ ਦੀ ਅਗਲੀ ਭਵਿਖ ਬਾਣੀ ਕੀ ਹੋ ਸਕਦੀ ਦੇਖੋ ਚਾਹੇ ਸ਼ਰੋਣੀ ਅਕਾਲੀ ਦਲ ਹੋਵੇ ਚਾਹੇ ਸ਼ਰੋਣੀ ਕਮੇਟੀ ਹੋਵੇ ਇੰਨਾਂ ਸੰਸਥਾਵਾਂ ਦਾ ਜਿਹੜਾ ਵਕਾਰ ਬਚਾਉਣਾ ਆ ਇਹਨਾਂ ਦੀ ਸ਼ਾਨ ਜਿਹੜੀ ਬਹਾਲਿਆ ਉਹ ਕਰਨੀ ਆ ਤੇ ਹੁਣ ਸੁਖਵੀਰ ਸਿਉ ਬਾਦਲ ਨੂੰ ਚਾਹੀਦਾ ਆ ਕਿ ਉਹ ਇੰਨਾਂ ਸੰਸਥਾਵਾਂ ਤੋਂ ਜਿਹੜਾ ਆ ਉਹ ਪਿੱਛੇ ਜਿਹੜਾ ਆ ਉਹ ਹਟ ਜਾਵੇ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ 1994 ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆ ਉਹ ਬਣਿਆ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲ ਸ਼੍ਰੋਮਣੀ ਅਕਾਲੀ ਦਲ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕੋਲ ਹੀ ਆ ਮਤਲਬ ਕਿ ਹੁਣ ਸੱਚਾ-ਸੁੱਚਾ ਬੰਦਾ ਕਿਹਨੂੰ ਦੇਖਦੇ ਸਿਮਰਨਜੀਤ ਸਿੰਘ ਮਾਨ ਨੂੰ ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਾਲਸਾ ਪੰਥ ਦੇ ਲਈ ਬਹੁਤ ਕੁਝ ਦੇ ਦਿੱਤਾ ਹੈ ਉਹਨਾਂ ਨੇ ਕੁਰਬਾਨੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਪੰਥ ਅਤੇ ਪੰਜਾਬ ਦੇ ਲਈ ਜਿਹੜਾ ਸੰਘਰਸ਼ ਆ ਉਹ ਕਰਦੇ ਰਹੇ ਆ ਉਹ ਕਦੀ ਵੀ ਦਿੱਲੀ ਵਾਲਿਆਂ ਦੇ ਕੋਲ ਜਿਹਦਾ ਆ ਉਹ ਵਿਕੇ ਨਹੀਂ ਆ ਉਹ ਉਹਨਾਂ ਨੇ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਜਿਹੜੀ ਵਫਾਦਾਰੀ ਆ ਉਹ ਕੀਤੀ ਹੈ ਇਤਿਹਾਸ ਇਸ ਗੱਲ ਦਾ ਜਿਹੜਾ ਉਹ ਗਵਾਹ ਆ ਤੁਸੀਂ ਦੇਖੋ ਕਿ ਬਾਦਲ ਕੇ ਅੰਤ ਨੂੰ ਹਾਰ ਕੇ ਜਾ ਰਹੇ ਆ ਬਾਦਲ ਕੇ ਅੰਤ ਨੂੰ ਜਿਹੜੀ ਹਾਰ ਆ ਉਹ ਹੋਈ ਪ੍ਰਕਾਸ਼ ਸਿੰਘ ਬਾਦਲ ਵੀ ਹਾਰਿਆ ਸੁਖਵੀਰ ਬਾਦਲ ਵੀ ਜਿਹੜਾ ਹਾਰਿਆ ਇਹਨਾਂ ਦੀ ਬੀਬੀ ਜ਼ਗੀਰ ਕੌਰ ਜਿਹੜੀ ਆ ਉਹ ਉਹ ਵੀ ਹਾਰੀ ਆ ਤੇ ਇਹਨਾਂ ਦਾ ਇੱਕ ਜਿਹੜਾ ਸ਼ਾਇਦ ਜਵਾਈ ਆ ਕੈਰੋਂ ਹਨਾ ਉਹ ਵੀ ਹਾਰਿਆ ਆ ਹਨਾ ਪਰ ਅੰਤਲੇ ਸਮੇਂ ਦੇ ਵਿੱਚ ਬਜ਼ੁਰਗ ਹੋ ਚੁੱਕੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਅੰਤਲੇ ਸਮੇਂ ਦੇ ਵਿੱਚ ਵੇਖੋ ਸੱਚ ਦੀ ਜਿੱਤ ਹੋਈ ਆ ਸੰਗਰੂਰ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਡੀ ਜਿਹੜੀ ਜਿੱਤ ਆ ਉਹ ਉਹ ਪ੍ਰਾਪਤ ਹੋਈ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਆ ਤੇ ਜੇਕਰ ਸੱਚਮੁੱਚ ਹੀ ਬਾਦਲ ਕੇ ਗੰਭੀਰ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਸੁਖਬੀਰ ਬਾਦਲ ਨੂੰ ਇਨ੍ਹਾਂ ਸੰਸਥਾਵਾਂ ਤੋਂ ਜਿਹੜਾ ਲਾਂਬੇ ਜਿਹੜਾ ਆ ਓਹੋ ਜਾਣਾ ਚਾਹੀਦਾ ਆ ਸੋ ਪੰਥ ਪ੍ਰਸਤ ਜਿਹੜੇ ਗੁਰਸਿੱਖ ਆ ਉਹ ਆਪਣੀਆਂ ਇਹਨਾਂ ਮਾਨਮੱਤੀ ਸੰਸਥਾਵਾਂ ਨੂੰ ਜਿਹੜਾ ਆ ਉਹ ਆਪਣੇ ਤਰੀਕੇ ਦੇ ਨਾਲ ਖਾਲਸਾ ਹੀ ਰਵਾਇਤਾਂ ਅਨੁਸਾਰ ਸਿਧਾਂਤਾਂ ਅਨੁਸਾਰ ਪਰੰਪਰਾਵਾਂ ਅਨੁਸਾਰ ਜਿਹੜਾ ਆ ਉਹ ਖੁਦ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਚਲਾ ਲੈਣਗੇ ਠੀਕ ਧੰਵਾਦ ਜੀ ਭਾਈ ਗੁਰਜੀਤ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਰਣਜੀਤ ਸਿੰਘ ਜੀ ਸਿੱਖ ਹਜੂਤ ਫੈਡਰੇਸ਼ਨ ਪਿੰਡਰਾਂ ਵਾਲੇ ਦੇ ਪ੍ਰਧਾਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜਾ ਬਾਬਾ ਬੋੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਕੌਮ ਦੇ ਲਈ ਜਿਨ੍ਹਾਂ ਨੇ ਬਹੁਤ ਸਾਰੇ ਕੰਡੇ ਬੀਜੇ ਸਨ ਉਹ ਤੁਹਾਡੇ ਸਾਹਮਣੇ ਰੱਖ ਦਿੱਤੇ ਹਨ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਮੈਂ ਮਨਪ੍ਰੀਤ ਸਿੰਘ ਆਜ਼ਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ